ਅਗਲਾ ਗਾਣਾ ਜੀ ਮੈਂ ਤੇ ਮੇਰੀ ਰਫਲ ਰਕਾਨੇ ਕੰਬੀਨੇਸ਼ਨ ਚੋਟੀ ਦਾ ਗਾਣੇ ਦੇ ਵਿੱਚ ਲਾਈਨ ਸੀ ਪੰਜ ਪੰਜ ਲੱਖ ਦੇ ਸੂਟ ਰਕਾਨੇ ਬਦਲ ਬਦਲ ਕੇ ਪਾਉਣੀ ਹੈ। ਜਦੋਂ ਮੇਰਾ ਗਾਣਾ ਰਿਲੀਜ਼ ਹੋਇਆ ਕਾਫੀ ਮੈਸੇਜ ਆਏ ਮੈਨੂੰ, ਖਾਸ ਤੌਰ ਤੇ ਉਹਨਾਂ ਮੁੰਡਿਆਂ ਦੇ ਜਿਹਨਾਂ ਦਾ ਨਵਾਂ ਨਵਾਂ ਵਿਆਹ ਹੋਇਆ। ਮੈਂ ਮੈਸੇਜ ਖੋਲੇ, ਸਾਰੇ ਮੈਸੇਜ ਦੇਖੇ, ਸਾਰਿਆਂ ਦੀ ਤਕਰੀਬਨ ਸੇਮ ਹੀ ਕੰਪਲੇਂਟ ਸੀਗੀ। ਉਹ ਮੈਨੂੰ ਲਿਖਦੇ ਕਹਿੰਦੇ ਚਲੋ ਭਾਈ ਤੁਹਾਡਾ ਗਾਣਾ ਵੀ ਠੀਕ ਹੈ, ਤੁਹਾਡੀ ਵੀਡੀਓ ਵੀ ਠੀਕ ਹੈ, ਜੇ ਗਾਣੇ ਦੇ ਭਾਗ ਹੋਏ ਤਾਂ ਗਾਣਾ ਚੱਲ ਵੀ ਜਾਊ, ਪਰ ਸਾਨੂੰ ਇੱਕ ਗੱਲ ਨਹੀਂ ਚੰਗੀ ਲੱਗੀ। ਮੈਂ ਪੁੱਛਿਆ ਮਖਾ ਯਾਰ ਕੀ ਗੱਲ ਹੋ ਗਈ ਬਾਈ, ਕਹਿੰਦੇ ਯਾਰ ਸੂਟਾਂ ਦੇ ਰੇਟ ਤਾਂ ਹਿਸਾਬ ਨਾਲ ਲਾ ਲਿਆ ਕਰੋ, ਤੁਸੀਂ ਤਾਂ ਗਾਣੇ 'ਚ ਪਾ ਕੇ ਲੰਘ ਜਾਂਦੇ, ਪੰਜ ਪੰਜ ਲੱਖ ਦੇ ਸੂਟ ਰਕਾਨੇ ਬਦਲ ਬਦਲ ਕੇ ਪਾਉਣੀ ਹੈ। ਕਹਿੰਦਾ ਲੈ ਕੇ ਤਾਂ ਸਾਡੇ ਵਰਗੇ ਨੂੰ ਦੇਣੇ ਪੈਂਦੇ। ਪਰ ਉਦੋਂ ਬਾਅਦ ਮੈਂ ਹਿਸਾਬ ਜਿਹਾ ਲਾਇਆ ਵੀ ਕੋਕੇ ਦਾ ਰੇਟ ਹੋ ਗਿਆ, ਝਾਂਜਰ ਦਾ ਹੋ ਗਿਆ, ਜਾਂ ਜਿੰਨਾ ਵੀ ਨਿੱਕ ਸੁੱਕ ਜਿਹਾ ਹੁੰਦਾ ਜਿਹੜਾ ਵੀ ਰੇਟ ਹੋ ਗਿਆ ਇਹਨੂੰ ਥੋੜ੍ਹਾ ਜਿਹਾ ਹਿਸਾਬ ਸਿਰ ਰੱਖਿਆ ਕਰਾਂਗੇ ਗਾਣੇ 'ਚ, ਕਿਉਂਕਿ ਗਾਣੇ 'ਚ ਤਾਂ ਬੰਦਾ ਗੱਲ ਥੋੜ੍ਹੀ ਜਿਹੀ ਵਧਾ ਕੇ ਕਹਿ ਦਿੰਦਾ। ਮੈਂ ਨਹੀਂ ਚਾਹੁੰਦਾ ਕਿ ਸਾਡੇ ਕਰਕੇ ਕਿਤੇ ਭਾਂਡੇ ਖੜਕ ਜਾਣ, ਰੋਟੀ ਨਾ ਬਣੇ ਹੱਥ ਨੇ। ਆਓ ਜੀ ਹੋਰ ਕੰਬੀਨੇਸ਼ਨ ਦੀਆਂ ਦੋ ਲੈ ਲਓ। ਪੰਜ ਪੰਜ ਲੱਖ ਦੇ ਸੂਟ ਰਕਾਨੇ ਬਦਲ ਬਦਲ ਕੇ ਪਾਉਣੀਆਂ, ਡੈਸ਼ਬੋਰਡ ਤੇ ਨੌਜ਼ਰ ਰੱਖ ਕੇ ਟਾਊਨ ਦਾ ਗੇੜਾ ਲਾਉਣੀਆਂ, ਕਦੇ ਮਿਸ ਨਿਸ਼ਾਨਾ ਹੁੰਦਾ ਨਾ ਤੇਰੀ ਬਿੱਲੀ ਅੱਖ ਮੋਟੀ ਦਾ। ਜਿਵੇਂ ਸੀਨ ਕੋਈ ਚੱਲਦਾ ਰੌਕੀ ਦਾ, ਮੇਰੀ ਰੱਖ
ਲੱਟ ਨਵੀਂ ਫਰਾਰੀ ਵਰਗਾ ਜੱਟ ਨਵੀਂ ਫਰਾਰੀ ਵਰਗਾ ਕਿੱਥੇ ਮਾਲ ਰੋਕੀਆਂ ਰੋਕੀ ਦਾ